মোলতে বাজ ঘর হোবে ওথে রহমান লিথা হোবে। কিদা কিদা দিল করদা কাইসা হো জায়ে। ইয়ে কালাম ইসি রমজান শরীফ মে গুম্বদ খজরা কে সায়ে মে বৈঠ কে হাকম সাহেব নে লিখা ওর ইকঠে হম এক হোটেল মে বৈঠে থে ওর ওয়াহ সবসে পহলে ইয়ে পড়া গয়া মদিনা শরীফ মে লিখা গয়া ওর সবসে পহলে মদিনা পাক হি মে ইসি রমজান মে পড়া গয়া। তো ইয়ে ইয়াদ দিলা রে মুঝে ইয়ে বাহ 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 পহলা মিশরা মোলতে বাজ ঘর হোবে ওথে রহমান লিখা হোবে করা মে দিদ রোজে দি করা মে দিদ রোজে দি তে নিত তাজা ইমা হোয়ে মোলতে বাজ ঘর হোবে ওথে রহমান লিথা হোয়ে মোলাতে বাজ ঘর হোবে ওথে রহমান লিথা হোয়ে। পহলা শের ইসনাদ দা মদিনা পাক মজুদ সা আল্লাহ যে জান গে উমরে তে উনহাঁ নূ মেসেজ দে রিয়া কি আকা দু আলম সাল্লাল্লাহু আলাইহি ওয়া সাল্লাম দে কদমেন শরীফেন ওয়াল এক কবরস্তান হে জিদা না জান্নাতুল বাকি হে। উস কবরস্তান চ বড়িয়া হস্তিয়াঁ দে মেজারাত হেন লেকিন এক হস্তি জো হসনেন করিমেন দি পাক আম্মি জান নে তো জগন শের পড়ন লাগা এহো মে সোচ কে যাওয়া বকি বিচ এ মেরে মৌলা এহো মে সোচ কে যাওয়া বকি বিচ এ মেরে মৌলা নবী আপ মনি পোসি নবী আপে মনি পোসি যে খুশ জেনব দিমা হোয়ে মোলতে বাজ ঘর হোবে ওথে রহমান লিথা হোবে মোলাতে বাজ ঘর হোবে ওথে রহমান লিথা হোবে মোলতে বাজ ঘর হোবে ওথে রহমান লিখা হোবে। পহলা শের পড় গয়া ইসনাদ দা ইফতখার ভাই কেন্দে নে শের দুবারা পড়ো তোড়া কি ভোট হে এহো মে সোচ কে যাওয়া বকি বিচ এ মেরে মৌলা নবী আপে মনি পোসি যে খুশ জেনব দিমা হোয়ে মোলতে বাজ ঘর হোয়ে ওথে রহমান লিথা হোয়ে। জি সাহেব এ ক্যামেরা তো আদে বন্দে আদর নে তে আদে আদর নে এক শে মে ইনাম দেনা তে এক ইনাম দেনা দো শের ইসনাদ তে পড়নে নবী দা খুদ খুদা মৌলা নবী দা খুদ খুদা মৌলা আলী দা মুস্তাফা মৌলা নবী দা খুদ খুদা মৌলা আলী দা মুস্তাফা মৌলা আলী নু জো ভি কে মৌলা ও মুমিন যাকে তা হোয়ে মোলতে বাজ ঘর হোয়ে ওথে রহমান লিখা হোয়ে মোলতে বাজ ঘর হোয়ে ওথে রহমান লিখা হোয়ে ওথে রহমান লিখা হোয়ে। তিসরা শের
ਝੰਡਾ ਚਿੱਟੇ ਰੰਗ ਦਾ ਹੋਵੇ, ਝੰਡਾ ਸਾਵੇ ਰੰਗ ਦਾ ਹੋਵੇ, ਜਾਂ ਝੰਡਾ ਲਾਲ ਰੰਗ ਦਾ ਹੋਵੇ। ਇਹ ਤਾਂ ਗੱਲ ਠੀਕ ਹੈ ਕਿ ਹੁਸੈਨ ਦਾ ਵੀ ਝੰਡਾ ਹੈ। ਸਦਕੇ ਯਾ ਰਸੂਲ ਅੱਲਾ, ਮੈਂ ਝੰਡੇ ਦੀ ਗੱਲ ਕਰ ਰਿਹਾ, ਤਵਜੋ ਕਰਨਾ ਜ਼ਰਾ। ਅਲਕਾਰਿਆ ਤੁਮ ਅਲਕਾਰਿਆ ਵਮਾ ਅਦਰਾ ਕਮ ਅਲਕਾਰਿਆ, ਖੜਖੜਾਣੇ ਵਾਲੀ, ਤੁਮ ਕਿਆ ਜਾਣੋ ਖੜਖੜਾਣੇ ਵਾਲੀ ਕਿਆ ਹੈ। ਜਿਸ ਦਿਨ ਲੋਕ ਯੂੰ ਹੋਣਗੇ ਜੈਸੇ ਬਿਖਰੇ ਹੋਏ ਬਿਤੰਗੇ। ਮੈਂ ਕੁਰਾਨ ਤੋਂ ਨਕਸ਼ਾ ਹਸ਼ਰ ਖਿੱਚ ਰਿਹਾ। ਪਹਾੜ ਐਸੇ ਹੋਣਗੇ ਜੈਸੇ ਉੜਤੀ ਹੋਈ ਰੰਗੀਨ ਊਨ। ਤਵਜੋ ਹੈ, ਮੈਂ ਝੰਡੇ ਦੀ ਗੱਲ ਕਰਨੀ ਹੈ। ਤਵਜੋ ਹੈ, ਕੁਰਾਨ ਤੋਂ ਪੜ੍ਹ ਕੇ ਜਦੋਂ ਸੁਮਨ ਜਾਈ ਸੁਭਾਨ ਲੱਗਿਆ ਤੇ ਮੈਂ ਕੁਰਾਨ ਪੜ੍ਹ ਗਿਆ। ਇੰਜ ਤੈਨੂੰ ਕਿਸੇ ਸੁਣਾਵਣਾ ਨਹੀਂ, ਨਾ ਮੇਰੇ ਹੱਥ 'ਚ ਕਾਪੀ ਹੈ ਅਤੇ ਨਾ ਮੈਂ ਕੋਈ ਇਸ ਤਰ੍ਹਾਂ ਸੁਣਾਉਣਾ ਚਾਹੁੰਦਾ। ਜਦੋਂ ਪਹਾੜ ਰੂਈ ਬਣ ਕੇ ਉੱਡ ਜਾਣਗੇ ਅਤੇ ਟਾਲੀ ਅਤੇ ਕਿੱਕਰ ਕਿੱਥੋਂ ਲੱਭਣਗੇ। ਜਦੋਂ ਸਖ਼ਤ ਸ਼ੈ ਉੱਡ ਜਾਏ ਅਤੇ ਟਾਲੀ ਅਤੇ ਕਿੱਕਰ ਕਿੱਥੋਂ ਲੱਭਣਗੇ, ਫਿਰ ਕੋਈ ਛਾਂ ਨਹੀਂ ਹੋਏਗੀ। ਹਜ਼ਰਾਤ ਤਵੱਜੋ ਕਰਨਾ, ਕਿਆਮਤ ਵਾਲੇ ਦਿਨ ਕੋਈ ਸਾਇਆ ਨਹੀਂ ਹੈ ਸਿਵਾਏ ਦੋ ਸਾਇਆਂ ਤੋਂ। ਦੋ ਛਾਵਾਂ ਮਿਲਣਗੀਆਂ ਕਿਆਮਤ ਵਾਲੇ ਦਿਨ, ਟਾਲੀ ਕਿੱਕਰ ਵੀ ਅਤੇ ਪਹਾੜ ਵੀ ਨਹੀਂ। ਉਹ ਕਿਹੜੀਆਂ ਦੋ ਛਾਵਾਂ ਨੇ? ਇੱਕ ਅੱਲਾ ਦੇ ਅਰਸ਼ ਦਾ ਸਾਇਆ ਅਤੇ ਇੱਕ ਝੰਡੇ ਦਾ ਸਾਇਆ ਜਿਹਦਾ ਨਾਂ ਲਿਵਾਏ ਹਮਦ। ਹੱਥੋਂ ਚੁੱਕੇ ਜਿਹਨੂੰ ਸਮਝ ਆਈਏ ਮੈਂ ਕੁਛ ਐਵੇਂ ਤਾਂ ਨਹੀਂ ਕਹਿ ਗਿਆ। ਇੱਕ ਝੰਡੇ ਦੀ ਛਾਂ ਹੈ ਅਤੇ ਇੱਕ ਅੱਲਾ ਦੇ ਅਰਸ਼ ਦੀ ਛਾਂ ਹੈ। ਹੁਣ ਇਹ ਨਹੀਂ ਸਮਝ ਆਉਂਦੀ ਕਿ ਜੇ ਇੱਥੋਂ ਦਾ ਫਰੂਟ ਕਿਸੇ ਮਰੇ ਨੂੰ ਬਖਸ਼ਿਆ ਜਾ ਅਤੇ ਉਹਨੂੰ ਦਾ ਮੁਤਬਾਦਲ ਉੱਥੇ ਮਿਲ ਜਾਂਦਾ ਅਤੇ ਇੱਥੇ ਅੱਬਾਸ ਦਾ ਝੰਡਾ ਹੈ ਅਤੇ ਹੁਸੈਨ ਦਾ ਝੰਡਾ ਹੈ ਅਤੇ ਜੇ ਇਹ ਝੰਡਾ ਛਬੀ ਹੈ, ਅਸਲ ਝੰਡਾ ਨਹੀਂ ਹੈ। ਜਿਵੇਂ ਅਸੀਂ ਨਾਲੈਨ ਛਬੀ ਲਾ ਲੈਂਦੇ ਚਿਹਰੇ 'ਤੇ ਜਾਂ ਪੱਗ 'ਤੇ ਸਜਾ ਲੈਂਦੇ ਹਾਂ, ਅਸਲ ਨਾਲੈਨ ਨਹੀਂ ਹੈ, ਨਾਲੈਨ ਦੀ ਛਬੀ ਹੈ। ਕਿਸੇ ਬੇਜਾਨ ਦੀ ਛਬੀ ਹੋ ਸਕਦੀ ਹੈ, ਜਾਨਦਾਰ ਦੀ ਛਬੀ ਨਹੀਂ ਹੋ ਸਕਦੀ। ਉਧਰ ਵੀ ਫਰਕ ਹੈ। ਯਾਨੀ ਰਸੂਲ ਦੇ ਰੋਜ਼ੇ ਦੀ ਛਬੀ ਅਸੀਂ ਬਣਵਾ ਲੈਂਦੇ ਹਾਂ ਕਿਉਂਕਿ ਉਹ ਇੱਟਾਂ ਨਾਲ ਬਣਿਆ ਹੋਇਆ ਹੈ, ਰਸੂਲ ਦੀ ਨਹੀਂ ਬਣਾ ਸਕਦੇ ਕਿਉਂਕਿ ਹਜ਼ੂਰ 'ਚ ਜਾਨ ਸੀ। ਨਾਲੈਨ ਦੀ ਛਬੀ ਹੋ ਸਕਦੀ ਕਿਉਂਕਿ ਨਾਲੈਨ ਚੁੱਕ ਕੇ ਰੱਖਣੀ ਪੈਂਦੀ ਹੈ। ਮੈਂ ਬੜੀ ਤਫਸੀਲ ਲੱਗੇ ਜਾ ਰਿਹਾ। ਪਹਿਲਾ ਝੰਡਾ ਤਾਂ 33 ਝੰਡੇ ਲੱਗੇ ਜਦੋਂ ਨਬੀ ਪਾਕ ਦੁਨੀਆ 'ਤੇ ਆਏ। ਮੈਂ ਝੰਡੇ ਦੀ ਤਾਰੀਖ ਚੱਲਿਆ ਪੜ੍ਹਨ। ਪਹਿਲਾ ਝੰਡਾ ਲੱਗਿਆ ਅਲਕਾਬੇ ਦੀ ਛੱਤ 'ਤੇ, ਇੱਕ ਲੱਗਿਆ ਮਸ਼ਰਕ, ਇੱਕ ਲੱਗਿਆ ਮਗਰਬ 'ਤੇ। ਲਾਏ ਕਿੰਨੇ? ਜਬਰੀਲ ਨੇ। ਬੱਚਿਆਂ ਦਾ ਖੇਲ ਨਹੀਂ, ਮੈਨੂੰ ਸਮਝਣ ਵਾਸਤੇ ਥੋੜ੍ਹੇ ਜਿਹੇ ਬੰਦੇ ਚਾਹੀਦੇ ਨੇ। 3 ਝੰਡੇ ਉਦੋਂ ਲੱਗੇ, ਫਿਰ ਇੱਕ ਝੰਡਾ ਇਸ਼ਾ ਦੀ ਨਮਾਜ਼ ਤੋਂ ਬਾਅਦ। ਮੇਰੇ ਨਬੀ ਨੇ ਫਰਮਾਇਆ ਸੁਬਹ ਝੰਡਾ ਸੀ ਉਹਨੂੰ ਦੇਵਾਂਗੇ। ਉਹ ਦਾਦ ਹੱਥ ਚੁੱਕ ਕੇ ਦੇ ਸਕਦੇ, ਇੰਜ ਮਜ਼ਾ ਨਹੀਂ ਆਉਂਦਾ। ਅਜੇ ਮੈਂ ਦੂਸਰਾ ਝੰਡਾ ਪੜ੍ਹ ਰਿਹਾ। ਇੱਕ ਝੰਡਾ ਜਿਹੜਾ ਮੁਸਤਫਾ ਦੀ ਆਮਦ 'ਤੇ 3 ਝੰਡੇ ਲੱਗੇ, ਫਿਰ ਇਸ਼ਾ ਦੀ ਨਮਾਜ਼ ਤੋਂ ਤੇਰੇ ਅਤੇ ਮੇਰੇ ਆਕਾ ਨੇ ਫਰਮਾਇਆ ਕੱਲ ਝੰਡਾ ਸੀ ਉਹਨੂੰ ਦੇਵਾਂਗੇ। ਝੰਡਾ ਉਹਨੂੰ ਦੇਵਾਂਗੇ ਜਿਹੜਾ ਅੱਲਾ ਅਤੇ ਅੱਲਾ ਦੇ ਰਸੂਲ ਨਾਲ ਪਿਆਰ ਕਰਦਾ ਅਤੇ ਅੱਲਾ ਅਤੇ ਉਹਦਾ ਰਸੂਲ ਵੀ ਉਹਦੇ ਨਾਲ ਪਿਆਰ ਕਰਦੇ। ਤਵਜੋ ਹੈ, ਅਜੇ ਝੰਡਾ ਮੁੱਕਿਆ ਨਹੀਂ ਭਾਈ ਜਾਨ। ਹਜ਼ਰਤ ਜਾਫਰ ਤਿਆਰ ਦੇ ਹੱਥ 'ਚ ਵੀ ਝੰਡਾ ਅਤੇ ਫਿਰ ਕਰਬਲਾ 'ਚ ਹੁਸੈਨ ਦਾ ਵੀ ਝੰਡਾ। ਵੈਸੇ ਤਾਂ ਵਾਹਗਾ ਬਾਰਡਰ 'ਤੇ ਪਾਕਿਸਤਾਨ ਦਾ ਵੀ ਝੰਡਾ ਲੱਗਦਾ। ਜਦੋਂ ਝੰਡਾ ਲੰਮਣ ਦੀ ਤਕਰੀਬ ਹੁੰਦੀ ਹੈ ਨਾ, ਸਾਡੇ ਬੜੇ ਬੜੇ ਬੇਲੀ ਗਏ ਹੁੰਦੇ, ਉਹ ਐਡੇ ਹਿੰਦੂ ਆਪਣੀ ਗੈਰਤ ਦਾ ਮੁਜ਼ਾਹਰਾ ਕਰ ਰਹੇ ਹੁੰਦੇ ਨੇ ਵੀ ਸਾਡਾ ਝੰਡਾ ਪਾਕਿਸਤਾਨ ਤੋਂ ਇੰਚ ਵੀ ਭੈੜੇ ਨਾਲ ਲੱਥੇ, ਬਰਾਬਰ 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 ਬਰਾਬਰ। ਯਾਨੀ ਇੰਨੀ ਗੈਰਤ ਤਾਂ ਹਿੰਦੂ ਦੀ ਗਵਾਰਾ ਵੀ ਨਹੀਂ ਕਰਦੀ ਕਿ ਝੰਡਾ ਥੱਲੇ ਆ ਜਾਏ, ਅਤੇ ਅੱਬਾਸ ਦੀ ਗੈਰਤ ਕਿਵੇਂ ਗਵਾਰਾ ਕਰੇਗੀ ਕਿ ਹੁਸੈਨ ਦਾ ਝੰਡਾ ਥੱਲੇ ਆ ਜਾਏ। ਤੂੰ ਸਮਝਿਆ ਹੀ ਨਹੀਂ। ਮੈਂ ਹੁਣ ਸ਼ੇਰ ਪੜ੍ਹਨਾ ਹੈ, ਮੌਲਾ ਤੈਬਾ 'ਚ ਘਰ ਹੋਵੇ ਉੱਥੇ ਰਾਵਣ ਲਈ ਥਾਂ ਦਾ ਤੀਸਰਾ ਸ਼ੇਰ। ਹਾਂ ਅਲਮ ਕਹਿੰਦੇ ਨੇ ਝੰਡੇ ਨੂੰ ਲਿਵਾਏ,
حمد بھی جھنڈے خدا جانے کہ کس جھنڈے دی کل معاشر نو چھا ہوئے مولا تیبہ چگر ہوئے اتھے رحم لکھا ہوئے مولا تیبہ چگر ہوئے اتھے رحم لکھا ہوئے مکتا علی اکبر علی اصغر تا دینا واسطہ مولا میں حاکم لئی ہر ایک تھا تے اماں ہووے مولا تیبہ چگر ہووے او تھے رحم لکھا ہووے